ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਅੱਜ ਫਿਰ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਅਤੇ ਅੱਜ ਆਪਾਂ ਫਿਰ ਪੰਨੂ ਸਭ ਕੋਲੋਂ ਜਾਣਾਂਗੇ ਜੋ ਜੋ ਵੀ ਪਿਛਲੇ 24 ਘੰਟੇ 'ਚ ਖਾਸ ਖਬਰਾਂ ਵਾਪਰੀਆਂ ਨੇ ਉਹਨਾਂ ਦਾ ਅੱਗੇ ਪਿੱਛੇ ਸੱਚ ਕੀ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਪੰਨੂ ਸਾਹਿਬ ਅੱਜ ਦੀ ਜਿਹੜੀ ਪਹਿਲੀ ਖਬਰ ਹੈ ਉਹ ਮੈਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਤੁਹਾਨੂੰ ਪੁੱਛਣੀ ਚਾਹੁੰਦਾ ਕਾਫੀ ਦੇਰ ਤੋਂ ਇਹ ਕੰਸੂਆਂ ਸੀ ਕਿ ਸ਼ਾਇਦ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਬਦਲ ਦਿੱਤਾ ਜਾਵੇ ਪਿਛਲੇ ਦਿਨ ਹੀ ਉਹਨਾਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਹੁਣ ਨਵੇਂ ਕਾਰਜਕਾਰੀ ਜਥੇਦਾਰ ਲਾਏ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਕਿ ਆਲਰੇਡੀ ਦਮਦਮਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਆ ਇਸ ਨਿਯੁਕਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਜਥੇਦਾਰ ਇੱਥੋਂ ਗਿਆ ਜੀ ਗਿਆਨੀ ਗੁਰਬਚਨ ਸਿੰਘ ਨਾ ਉਹਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਥੇਦਾਰ ਮੰਨਦੇ ਸੀ ਨਾ ਲੋਕ ਮੰਨਦੇ ਸੀ ਜੀ ਉਹ ਸਿਰਫ ਹਾਣ ਡੇਰਾ ਬੱਸੀ ਦੇ ਬੁੱਚੜਖਾਨੇ ਨੂੰ ਜਾਣ ਵਾਲੇ ਲੋਕ ਮੰਨਦੇ ਹੋਣ ਜੀ ਬੜੀ ਉਹਨੇ ਆਪਣੀ ਪੁਜੀਸ਼ਨ ਖਰਾਬ ਕਰ ਲਈ ਸੀ ਜੀ ਸਾਰੇ ਪਾਸਿਆਂ ਤੋਂ ਬੇਇੱਜ਼ਤੀ ਹੁੰਦੀ ਸੀ ਪਰ ਸ਼੍ਰੋਮਣੀ ਕਮੇਟੀ ਨੂੰ ਇਸ ਕਰਕੇ ਰੱਖੀ ਬੈਠੀ ਸੀ ਕਿਉਂਕਿ ਇੱਕ ਪਰਿਵਾਰ ਦਾ ਚਹੇਤਾ ਸੀ ਜੀ ਜਦੋਂ ਉਸ ਪਰਿਵਾਰ ਨੇ ਆਖਿਆ ਕਿ ਹੁਣ ਮਜਬੂਰੀ ਬਣ ਗਈ ਹੈ ਲਾਉਣਾ ਪੈਣਾ ਫਿਰ ਇਹਨੇ ਕਹਿ ਦਿੱਤਾ ਸਿਹਤ ਖਰਾਬ ਅਸਤੀਫਾ ਦੇ ਦਿੱਤਾ ਅਤੇ ਉਹਨਾਂ ਨੇ ਅਸਤੀਫਾ ਮਨਜ਼ੂਰ ਕਰਕੇ ਆਖਿਆ ਜੀ ਨਵਾਂ ਬਣਾ ਦਿਓ ਨਵਾਂ ਬਣਾ ਦਿੱਤਾ ਗਿਆ ਨਵਾਂ ਜਥੇਦਾਰ ਬਣਾਇਆ ਪੜ੍ਹਿਆ ਲਿਖਿਆ ਮਾਸਟਰ ਡਿਗਰੀ ਹੈ ਅੱਗੋਂ ਪੀ ਐੱਚ ਡੀ ਕਰ ਰਿਹਾ ਚੰਗੀ ਗੱਲ ਕਰਨੀ ਚਾਹੀਦੀ ਸਵਾਲ ਇਹ ਨਹੀਂ ਕਿ ਡਿਗਰੀਆਂ ਕਿੰਨੀਆਂ ਜੀ ਇੱਥੇ ਕਈ ਅਨਪੜ੍ਹ ਜਥੇਦਾਰ ਵੀ ਆਏ ਅਤੇ ਉਹਨਾਂ ਦਾ ਸਤਿਕਾਰ ਬਹੁਤ ਹੈ ਇੱਥੇ ਕਈ ਪੜ੍ਹੇ ਲਿਖੇ ਜਥੇਦਾਰ ਵੀ ਆਏ ਪ੍ਰੋਫੈਸਰ ਮਨਜੀਤ ਸਿੰਘ ਵੀ ਪੜ੍ਹਿਆ ਲਿਖਿਆ ਘੱਟ ਤਾਂ ਨਹੀਂ ਸੀ ਜੀ ਐਕਟਿੰਗ ਜਥੇਦਾਰ ਬਣਾਇਆ ਗਿਆ ਸੀ ਅਤੇ ਐਕਟਿੰਗ ਕਰਦਾ ਕਰਦਾ ਹੀ ਉਹ ਤੁਰ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਵੀ ਪ੍ਰੋਫੈਸਰ ਸੀ ਜੀ ਪੜ੍ਹੇ ਲਿਖੇ ਸਨ ਫਿਰ ਗੱਲ ਕਿਉਂ ਨਾ ਬਣ ਸਕੇ ਸਮੱਸਿਆ ਇਹ ਹੈ ਕਿ ਜਿਸ ਬੰਦੇ ਨੇ ਜਥੇਦਾਰ ਦੀ ਜ਼ਿੰਮੇਵਾਰੀ ਸੰਭਾਲਣੀ ਆ ਉਹ ਸਿੱਖ ਧਰਮ ਦੇ ਸਿਧਾਂਤ ਬਾਰੇ ਕਿੰਨਾ ਪਰਿਪੱਕ ਇਹਦੀਆਂ ਰੋਹ ਰੀਤਾਂ ਪਰੰਪਰਾਵਾਂ ਬਾਰੇ ਕਿੰਨਾ ਪਰਿਪੱਕ ਇਹਦਾ ਇਤਿਹਾਸ ਤੋਂ ਕਿੰਨਾ ਜਾਣੂ ਆ ਅਤੇ ਸਭ ਤੋਂ ਵੱਧ ਕਿ ਉਹਦੇ ਗੋਡਿਆਂ 'ਚ ਗਰੀਸ ਕਿੰਨੀ ਕੁ ਹੈ ਕਿਸੇ ਦੇ ਦਬਾਅ ਅੱਗੇ ਝੁਕੇਗਾ ਕਿ ਨਹੀਂ ਝੁਕੇਗਾ ਜੀ ਨਵੇਂ ਜਥੇਦਾਰ ਦਾ ਪਹਿਲਾ ਪ੍ਰਭਾਵ ਚੰਗਾ ਨਹੀਂ ਰਿਹਾ ਜਦੋਂ ਬਲਵਿੰਦਰ ਸਿੰਘ ਭੁੰਦੜ ਨੂੰ ਸੱਦਿਆ ਨੇ ਕਿ ਸੱਦਿਆ ਗਿਆ ਅਤੇ 2 ਘੰਟੇ ਬੈਠ ਕੇ ਡੀਕਿਆ ਕਿ ਭੁੰਦੜ ਸਾਹਿਬ ਆ ਜਾਣ ਜੀ ਜਦੋਂ ਭੁੰਦੜ ਸਾਹਿਬ ਆਏ ਤਾਂ ਤਨਖਾਹ ਲਾਈ ਅਤੇ ਭੁੰਦੜ ਉੱਠ ਕੇ ਕਹਿੰਦਾ ਚੰਗਾ ਅਗਲੇ ਹਫ਼ਤੇ ਆ ਕੇ ਮੈਂ ਭੁਗਤ ਲੂੰਗਾ ਅਜੇ ਇਹ ਚੋਣਾਂ ਲੜਦੇ ਪਏ ਜਥੇਦਾਰ 'ਚ ਇੰਨੀ ਹਿੰਮਤ ਹੋਣੀ ਚਾਹੀਦੀ ਸੀ ਕਹਿੰਦਾ ਆਇਆ ਅਤੇ ਬੈਠ ਜਾ ਇੱਥੇ ਜੀ ਨਹੀਂ ਕਹਿ ਸਕੇ ਹੁਣ ਇੱਥੇ ਆ ਕੇ ਕੁਛ ਕਰਨਾ ਪਊਗਾ ਹਿੰਮਤ ਕਰਨੀ ਪਊ ਤੀਸਰੀ ਗੱਲ ਜਿਹੜੀ ਸ਼੍ਰੋਮਣੀ ਕਮੇਟੀ ਆ ਕੀ ਇਸ ਜਥੇਦਾਰ ਨੂੰ ਚੱਲਣ ਦੇਵੇਗੀ ਜੀ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਅਤੇ ਬਾਦਲ ਅਕਾਲੀ ਦਲ ਉਸ ਤਰ੍ਹਾਂ ਚਲਾ ਰਿਹਾ ਜਿਵੇਂ ਬਾਦਲ ਸਰਕਾਰ ਚਲਾਉਂਦੇ ਸੀ ਬਾਦਲ ਸਰਕਾਰ ਦੇ ਵੇਲੇ ਕੀ ਸੀ ਆਹ ਅਫਸਰ ਨਾਰਾਜ਼ ਆ ਥੋੜ੍ਹਾ ਜਿਹਾ ਚੱਜ ਨਾਲ ਕੰਮ ਨਹੀਂ ਕਰਦਾ ਇਹਨੂੰ ਖੂੰਜੇ ਬਿਠਾ ਦਿਓ ਇਹਨੂੰ ਕੰਮ ਹੀ ਕੋਈ ਨਾ ਦਿਓ ਅਤੇ ਇਹਦੇ ਵਾਲਾ ਕੰਮ ਕਿਹਨੂੰ ਉਹ ਫਲਾਨੇ ਕੋਲ ਇੱਕ ਮਹਿਕਮੇ ਦਾ ਚਾਰਜ ਆ ਉਹਨੂੰ ਦੂਜੇ ਦਾ ਵੀ ਦੇ ਦਿਓ ਜੀ ਇਹ ਕੰਮ ਉੱਪਰਲੇ ਅਫਸਰਾਂ ਤੋਂ ਪਿੰਡਾਂ ਤੱਕ ਆ ਗਿਆ ਕਿ ਪਟਵਾਰੀ ਇੱਕ ਰਿਟਾਇਰ ਹੋ ਗਿਆ ਉਹ ਥਾਂ 'ਤੇ ਨਵਾਂ ਪਟਵਾਰੀ ਕਾਹਨੂੰ ਰੱਖਣਾ ਉਹਨੂੰ ਇਹਦਾ ਵੀ ਚਾਰਜ ਦੇ ਦਿਓ ਇੱਕ ਇੱਕ ਪਟਵਾਰੀ ਨੂੰ 5-5 ਥਾਵਾਂ ਦਾ ਚਾਰਜ ਦਿੱਤਾ ਇਹ ਕੰਮ ਇਹਨਾਂ ਨੇ ਪਿਛਲੇ ਸਮੇਂ 'ਚ ਦਰਬਾਰ ਸਾਹਿਬ 'ਚ ਵੀ ਸ਼ੁਰੂ ਕਰਤਾ ਗਿਆਨੀ ਗੁਰਮੁਖ ਸਿੰਘ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਹੈ ਅਤੇ ਬਲਵੰਤ ਆਨੰਦਗੜ੍ਹ ਨੂੰ ਕੱਢਣਾ ਇਹਨੂੰ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਵੀ ਰੱਖੋ ਅਤੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਬਣਾ ਦਿਓ ਉੱਥੇ ਕਾਰਜਕਾਰੀ ਇਸ ਕਰਕੇ ਰੱਖੋ ਕਿ ਕਾਰਜਕਾਰੀ ਛੱਡ ਕੇ ਪੱਕਾ ਜਥੇਦਾਰ ਬਣਨ ਵਾਸਤੇ ਸਾਡੇ ਅੱਗੇ ਪਿੱਛੇ ਘੁੰਮਦਾ ਰਹੂਗਾ ਜੀ ਫਿਰ ਜੋ ਤਮਾਸ਼ੇ ਹੋਏ ਸੀ ਪਤਾ ਹੀ ਹੈ ਹੁਣ ਉਹ ਖੇਡ ਫਿਰ ਖੇਡੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਅਤੇ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਬਣਾਇਆ ਗਿਆ ਜੀ ਇੱਕੋ ਟਾਈਮ 'ਤੇ 2 ਤਖ਼ਤਾਂ ਦੀ ਜ਼ਿੰਮੇਵਾਰੀ ਇੱਕੋ ਬੰਦਾ ਨਿਭਾਵੇਗਾ ਇੱਕ ਥਾਂ 'ਤੇ ਉਹ ਜਥੇਦਾਰ ਹੋਵੇਗਾ ਦੂਜੇ ਥਾਂ ਉਹ ਕਾਰਜਕਾਰੀ ਦੇ ਤੌਰ 'ਤੇ ਜਾਵੇਗਾ ਕਿਉਂਕਿ ਅਕਾਲ ਤਖ਼ਤ ਦੀ ਮਹਿਮਾ ਦਮਦਮਾ ਸਾਹਿਬ ਤਲਵੰਡੀ ਸਾਹਿਬ ਤੋਂ ਵੱਧ ਗਿਣੀ ਜਾਂਦੀ ਹੈ ਜੀ ਇਸ ਕਰਕੇ ਉਹ ਇੱਥੇ ਕਾਰਜਕਾਰੀ ਦੇ ਬਜਾਏ ਪੱਕਾ ਜਥੇਦਾਰ ਬਣਨ ਵਾਸਤੇ ਫਿਰ ਇਹ ਕੀ ਕੁਛ ਹੋਵੇਗਾ ਕੱਲ੍ਹ ਨੂੰ ਅਜੇ ਪਤਾ ਨਹੀਂ ਇਸ ਵੇਲੇ ਸਥਿਤੀਆਂ ਇਹੋ ਜਿਹੀਆਂ ਕਿ ਲੋਕਾਂ ਦੇ ਸਾਹਮਣੇ ਬਹੁਤ ਭੱਖ ਦੇ ਮੁੱਦੇ ਆ ਭੱਖ ਦਾ ਮੁੱਦਾ ਬਰਗਾੜੀ ਦਾ ਵੀ ਹੈ ਬਹਿਬਲ ਕਲਾਂ ਕੋਟ ਕਪੂਰੇ ਦਾ ਵੀ ਹੈ ਭੱਖ ਦਾ ਮੁੱਦਾ ਦਰਬਾਰ ਸਾਹਿਬ ਦੇ ਅੰਦਰ ਫੈਲੀ ਕਰਪਸ਼ਨ ਦਾ ਵੀ ਹੈ ਭੱਖ ਦਾ ਮੁੱਦਾ ਸਿਧਾਂਤਕ ਮਤਭੇਦਾਂ ਦਾ ਵੀ ਹੈ ਮੁੰਦਾਵਣੀ ਦਾ ਵੀ ਹੈ
ਪਰੰਪਰਾਵਾਂ ਦਾ ਵੀ ਹੈ ਅਤੇ ਭਗਦਾ ਮੁੱਦਾ ਇਹ ਵੀ ਹੈ ਕਿ ਇਹਦੇ ਤੋਂ ਪਹਿਲੇ ਜਥੇਦਾਰ ਨੇ ਜਿਹੜੇ ਫੈਸਲੇ ਕੀਤੇ ਸੱਚੇ ਸੌਦੇ ਬਾਰੇ ਅਤੇ ਦੂਸਰੇ ਤੀਸਰੇ ਜਦੋਂ ਉਹ ਸ਼ਿਕਾਇਤਾਂ ਆਉਣਗੀਆਂ ਉਹਦੇ ਬਾਰੇ ਕੀ ਕਰੇਗਾ ਜੀ? ਅੱਗੇ ਅਕਾਲ ਤਖਤ ਦੇ ਉੱਤੇ ਪਹਿਲੇ ਜਥੇਦਾਰਾਂ ਦੀਆਂ ਗਲਤੀਆਂ ਨੂੰ ਨਵੇਂ ਆਏ ਜਥੇਦਾਰ ਜੇ ਲੋੜ ਪਵੇ ਤਾਂ ਸੋਧਦੇ ਵੀ ਰਹਿ, ਕੀ ਇੰਨੀ ਹਿੰਮਤ ਕਰੇਗਾ ਇਸ ਵੇਲੇ? ਕਿਉਂਕਿ ਜੇ ਉਹਨੇ ਚਾਰਜ ਲੈਣਾ, ਜ਼ਿੰਮੇਵਾਰੀ ਸੰਭਾਲਣੀ ਆ, ਸਾਡੇ ਵੱਲੋਂ ਸ਼ੁਭ ਇਛਾਵਾਂ, ਪਰ ਲੋਕ ਉਡੀਕਣਗੇ ਕਿ ਬੰਦਾ ਜ਼ਿੰਮੇਵਾਰੀ ਦਾ ਹਾਣ ਦਾ ਕਦੋਂ ਬਣਦਾ? ਤਖ਼ਤ ਬਹੇ ਤਖ਼ਤੇ ਕਿ ਲਾਇਕ, ਉਹਨੂੰ ਉਹਦੇ ਮੁਤਾਬਕ ਲਾਇਕ ਆਪਣੇ ਆਪ ਨੂੰ ਸਾਬਤ ਕਰਨਾ ਪਏਗਾ। ਬਿਲਕੁਲ ਸਹੀ। ਪਰ ਸੋ ਵੈਸੇ ਲੱਗਦਾ ਨਹੀਂ ਤੁਹਾਨੂੰ ਕਿ ਵੀ ਹੁਣ ਇਹ ਜਿਵੇਂ ਮੋੜਾ ਜਿਹਾ ਕੱਟਿਆ ਗਿਆ, ਚਾਹੇ ਆਪਾਂ ਜਥੇਦਾਰ ਸਾਹਿਬ ਦੀ ਨਿਯੁਕਤੀ ਦੇਖ ਲਈਏ, ਚਾਹੇ ਆਪਾਂ ਪਿਛਲੇ ਦਿਨ ਜੋ ਪੰਥਕ ਅਸੈਂਬਲੀ ਹੋਈ ਸੀ ਉਹਦੇ ਵਿੱਚ ਜੋ ਮਤੇ ਪਾਸ ਹੋਏ, ਉਸ ਤੋਂ ਪਹਿਲਾਂ ਹੀ ਬਾਦਲ ਪਰਿਵਾਰ ਵੱਲੋਂ ਇਹ ਕਿਹਾ ਜਾਣਾ ਕਿ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਆਪਣੀਆਂ ਪਿਛਲੀਆਂ ਹੋਈਆਂ ਗਲਤੀਆਂ ਉਹਨਾਂ ਨੂੰ ਸੁਧਾਰਦਿਆਂ ਹੋਇਆਂ ਪੰਥਕ ਰਾਹ ਰੀਤਾਂ ਵਾਲੇ ਪਾਸੇ ਤੁਰੂਗਾ, ਹੌਲੀ ਹੌਲੀ ਉਸ ਪਾਸੇ ਨੂੰ ਮੋੜਾ ਕੱਟਿਆ ਜਾ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਹੁਣ ਕਿਤੇ ਨਾ ਕਿਤੇ ਆਤਮ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਲੋਕਾਂ ਦੇ ਵਿੱਚ ਆਪਣੀ ਇੱਕ ਗਲਤ ਇਮੇਜ ਚਲੇਗੀ ਆਪਾਂ ਨੂੰ ਸੁਧਾਰ ਲਈਏ? ਇਹ ਲੱਗਦੀ ਤੁਹਾਨੂੰ ਕਿ ਮੋੜਾ ਕੱਟੇਗੀ ਗੱਲ? ਅਕਾਲੀ ਪਾਰਟੀ ਨੂੰ ਮੋੜਾ ਕੱਟਣਾ ਚਾਹੀਦਾ ਜੇ ਉਹਨੇ ਜ਼ਿੰਦਾ ਰਹਿਣਾ। ਜੇ ਇਸ ਪਰਿਵਾਰ ਨੇ ਉਸ ਪਾਰਟੀ ਦਾ ਬਿਸਤਰਾ ਲਪੇਟਣਾ ਤਾਂ ਇਹਨਾਂ ਦੀ ਮਰਜ਼ੀ ਹੈ। ਪਿਛਲੇ ਸਮੇਂ 'ਚ ਇਹਨਾਂ ਨੇ ਕੋਈ ਰੌਹ ਰੀਤ, ਕੋਈ ਪੁਰਾਣਾ ਵਿਹਾਰ ਰੱਖਿਆ ਹੀ ਨਹੀਂ, ਸਭ ਕੁਝ ਬਦਲ ਦਿੱਤਾ ਜੀ। ਤਖ਼ਤਾਂ ਦੇ ਜਥੇਦਾਰ ਬਦਲਣ ਦੇ ਫੈਸਲੇ ਸਰਕਟ ਹਾਊਸਾਂ 'ਚ ਰਾਤ ਨੂੰ ਬਹਿ ਕੇ ਹੁੰਦੇ ਰਹੇ ਅਤੇ ਸਵੇਰ ਨੂੰ ਤਖ਼ਤ ਦੇ ਜਥੇਦਾਰ ਨੂੰ ਇੱਦਾਂ ਕੱਢਿਆ ਜਾਂਦਾ ਰਿਹਾ ਜਿਵੇਂ ਦਫ਼ਤਰ 'ਚ ਕੱਚਾ ਰੱਖਿਆ ਚਪੜਾਸੀ ਕੱਢੀਦਾ, ਇੱਦਾਂ ਕੱਢਦੇ ਰਹੇ। ਇਹਨਾਂ ਨੇ ਆਪ ਹੀ ਸਾਰਾ ਕੁਝ ਖਰਾਬ ਕੀਤਾ ਸੀ। ਇੱਕ ਬੀਬੀ ਜਿਹਦੇ ਉੱਤੇ ਸਕੀ ਧੀ ਦੇ ਕਤਲ ਦਾ ਇਲਜ਼ਾਮ ਸੀ, ਉਹਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾ ਦਿੱਤਾ ਗਿਆ ਜੀ। ਤਖ਼ਤਾਂ ਦੇ ਜਥੇਦਾਰ ਦੂਸਰੇ ਲੋਕ ਚੁਣ ਚੁਣ ਕੇ ਉਹ ਬਣਾਉਣੇ ਸ਼ੁਰੂ ਕਰਤੇ ਜਿਨ੍ਹਾਂ 'ਤੇ ਕੋਈ ਨਾ ਕੋਈ ਦਾਗ ਸੀ, ਤਾਂ ਕਿ ਕਾਣੇ ਆ ਅਤੇ ਸਾਡੇ ਕੰਟਰੋਲ 'ਚ ਰਹਿਣ, ਇਹ ਕਰਨਾ ਸ਼ੁਰੂ ਕਰ ਦਿੱਤਾ। ਆਹ ਜਿਹੜਾ ਬਰਗਾੜੀ ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਹੋਇਆ ਜੀ, ਜਿਹੜੇ ਸੱਚੇ ਸੌਦੇ ਵਾਲਿਆਂ ਨੂੰ ਮਾਫ਼ੀ ਦਵਾਈ ਗਈ ਔਰ ਚੰਡੀਗੜ੍ਹ ਸਰਕਾਰੀ ਕੋਠੀ ਸੱਦ ਕੇ ਇੱਕ ਰੁੱਕਾ ਫੜਾ ਕੇ ਆਖਿਆ ਕਿ ਰੁੱਕੇ ਦਾ ਹੁਕਮਨਾਮਾ ਬਣਾ ਦਿਓ, ਉਹ ਸਾਰੇ ਕੁਝ ਨੇ ਇਹਨਾਂ ਨੂੰ ਬੜੀ ਬੁਰੀ ਤਰ੍ਹਾਂ ਫਸਾ ਦਿੱਤਾ। ਇਸ ਵੇਲੇ ਬਾਹਰ ਜਿੰਨੀਆਂ ਮਰਜ਼ੀ ਟਾਰਾਂ ਮਾਰਦੇ ਫਿਰਨ, ਪੰਥ ਰਤਨ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਪੁੱਤਰ ਦੀ ਪਿੰਡਾਂ 'ਚ ਉਹ ਇੱਜ਼ਤ ਹੈ ਨਹੀਂ ਜਿਹੜੀ ਕਿਸੇ ਵਕਤ ਸਧਾਰਨ ਅਕਾਲੀਆਂ ਦੀ ਹੁੰਦੀ ਸੀ ਜੀ। ਇਹ ਤਾਂ ਪੰਥ ਦੇ ਲੀਡਰ ਆਪਣੇ ਆਪ ਨੂੰ ਕਹਿੰਦੇ ਆ, ਲੋਕ ਗਿਆਨ ਤੋਂ ਸੌ ਸੌ ਗੱਲਾਂ ਕਰਦੇ ਆ। ਅਜੇ ਪਿਛਲੇ ਮਹੀਨੇ ਇਹਨਾਂ ਨੇ ਆਪਣੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਸੀ ਕਿ ਥੋੜ੍ਹਾ ਜਿਹਾ ਠੰਡੇ ਰਹੋ, ਅਤੇ ਜਿਸ ਦਿਨ ਗੁਰਦਾਸਪੁਰ ਦੇ ਘੁੰਮਣ ਕਲਾਂ ਦੇ ਵਿੱਚ ਨਿੱਕੇ ਘੁੰਮਣਾ 'ਚ ਜੀ ਅੱਧੀ ਰਾਤ ਨੂੰ ਪਬਲਿਕ ਭੜਕ ਉੱਠੀ ਅਤੇ ਸਾਲੇ ਜੀ ਜੀ ਨੂੰ ਉੱਥੋਂ ਪੁਲਿਸ ਦੇ ਪਹਿਰੇ 'ਚ ਆਸੇ ਪਾਸੇ ਰੱਸੇ ਲਾ ਕੇ ਬੈਰੀਅਰ ਲਾ ਕੇ ਕਾਰਡਨ ਲਾ ਕੇ ਅਤੇ ਉਹਦੇ ਵਿੱਚ ਦੀ ਨਿਕਲਣਾ ਪਿਆ। ਗਏ ਅੰਮ੍ਰਿਤਸਰ ਨੂੰ ਅਤੇ ਅੱਧ 'ਚੋਂ ਰਸਤਾ ਬਦਲ ਕੇ ਚੰਡੀਗੜ੍ਹ ਜਾਣਾ ਪਿਆ। ਅਗਲਾ ਸਾਰਾ ਦਿਨ 94 ਬੰਦਿਆਂ ਦੀ ਮੀਟਿੰਗ ਕਰਨੀ ਪਈ। ਉਹਦੇ ਤੋਂ ਬਾਅਦ ਖਬਰਾਂ ਇਹ ਸਨ ਕਿ ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਅਗਲਾ ਮਹੀਨਾ ਡੇਢ ਮਹੀਨਾ ਲੋਕਾਂ 'ਚ ਨਾ ਜਾਓ ਜੀ, ਹੁਣ ਜਨਤਕ ਸਮਾਗਮਾਂ 'ਚ ਨਾ ਜਾਇਓ। ਸਮਾਗਮ ਦੇ ਪ੍ਰਬੰਧਕ ਭਾਵੇਂ ਆਪਣੇ ਕਿੰਨੇ ਵੀ ਭਰੋਸੇ ਵਾਲੇ ਹੋਣ, ਸੰਗਤ ਤਾਂ ਸੰਗਤ ਹੈ ਜੀ, ਜੇ ਸੰਗਤ ਭੜਕ ਵੀ ਕੀ ਕਰ ਲਉਂਗੇ? ਅਕਾਲੀ ਦਲ ਦੇ ਅੰਦਰ ਲੀਡਰਸ਼ਿਪ ਦੇ ਵਿੱਚ ਵੀ 80% ਤੋਂ ਵੱਧ ਲੀਡਰ ਉਹ ਨੇ ਜਿਹੜੇ ਸਮਝਦੇ ਆ ਕਿ ਪਿਓ ਪੁੱਤ ਨੇ ਸਾਨੂੰ ਬਹੁਤ ਕਸੂਤੇ ਫਸਾ ਦਿੱਤਾ, ਜਿਹੜੇ ਸਮਝਦੇ ਆ ਕਿ ਅਕਾਲੀ ਦਲ ਆਪਣੀਆਂ ਸਾਰੀਆਂ ਲੀਹਾਂ ਤੋਂ ਬਹੁਤ ਦੂਰ ਜਾ ਚੁੱਕਾ ਜੀ। ਪਰ ਕਮਜ਼ੋਰੀਆਂ ਉਹਨਾਂ ਦੀਆਂ ਆਪੋ ਆਪਣੀਆਂ ਕਿ ਉਹਨਾਂ 'ਚੋਂ ਕੋਈ ਵੀ ਲੀਡਰ ਬਾਦਲ ਪਿਓ ਪੁੱਤ ਦੇ ਸਾਹਮਣੇ ਸਿਰ ਚੁੱਕ ਕੇ ਬੋਲਣ ਵਾਲਾ ਨਹੀਂ। ਡਰੀ ਜਾਂਦੇ ਆ ਕਿ ਅਸੀਂ ਆਖਿਆ ਤਾਂ ਪਤਾ ਨਹੀਂ ਸਾਡਾ ਕਿਹੜਾ ਰਾਜ ਕਰ ਲੈਣਗੇ, ਕਿਉਂਕਿ ਬਹੁਤ ਸਾਰੇ ਜਦੋਂ ਸਰਕਾਰਾਂ 'ਚ ਰਹੇ ਆ ਅਤੇ ਸਰਕਾਰਾਂ 'ਚ ਹੁੰਦਿਆਂ ਇਹਨਾਂ ਦੇ ਕੋਲ ਇੰਟੈਲੀਜੈਂਸ ਸੀ, ਇਹਨਾਂ ਦੇ ਕੋਲ ਖੁਫੀਆ ਮਹਿਕਮੇ ਸੀ, ਹਰ ਇੱਕ ਦੇ ਦਫ਼ਤਰਾਂ ਦੀਆਂ ਫਾਈਲਾਂ ਇਹਨਾਂ ਦੇ ਕੋਲ ਜਾਂਦੀਆਂ ਰਹੀਆਂ। ਇੱਥੇ ਤਾਂ ਤਜਰਬਾ ਇਹ ਵੀ ਸੀ ਕਿ ਅਕਾਲੀ ਲੀਡਰਾਂ ਵਿੱਚੋਂ ਜਿਹੜਾ ਵੀ ਸਿਰ ਕੱਢਿਆ ਉਹਦੇ ਨਾਲ ਇੱਕ ਚੋਣਵਾਂ ਇਮਾਨਦਾਰ ਅਫਸਰ ਲਾ ਦਿਓ ਜੀ, 2 ਮਹੀਨੇ ਉਹਨੂੰ ਚਾਬੀਆਂ ਦਿਓ ਕਿ ਇਹਨੂੰ ਜਰਾ ਬੰਦੇ ਦਾ ਪੁੱਤ ਬਣਾਉਣਾ, ਅਤੇ ਜਦੋਂ ਉਹ ਸਾਰੀਆਂ ਫਾਈਲਾਂ ਦੀਆਂ ਕਾਪੀਆਂ ਕਰਕੇ ਇਹਨਾਂ ਨੂੰ ਦੇ ਦੇਵੇ ਅਤੇ ਇੱਧਰ ਲੀਡਰ ਨੂੰ ਪਤਾ ਲੱਗ ਜਾਏ ਕਿ ਆਹ ਕੁਛ ਹੋ ਗਿਆ, ਉਹ ਆ ਕੇ ਗੋਡੇ ਘੁੱਟਦਾ ਸੀ ਮੋਤੀਆਂ ਵਾਲੇ ਕਿਉਂ ਮਾਰਨ ਲੱਗੇ ਜੇ, ਅਤੇ ਰਾਤੋਂ ਰਾਤ ਅਫਸਰ ਦੀ ਬੇਇੱਜ਼ਤੀ ਕਰਕੇ ਉੱਥੋਂ ਕੱਢ ਦਿੰਦੇ ਸੀ। ਲੀਡਰ ਬਚਾ ਲੈਂਦੇ ਸੀ, ਬਚਾ ਨਹੀਂ ਸੀ ਲੈਂਦੇ, ਕਾਣਾ ਕਰਕੇ ਰੱਖ ਲੈਂਦੇ ਸੀ ਕਿ ਅੱਗੋਂ ਸਾਡੇ ਹੱਥਾਂ 'ਚ ਖੇਡੇਗਾ। ਉਹ ਜਿਹੜੀ ਖੇਡ ਸੀ ਹੁਣ ਇੱਥੇ ਕਾ ਗਏ, ਜਿੱਥੇ ਇੱਥੇ ਕਿਸੇ ਦਿਨ ਵੀ ਅਕਾਲੀ ਲੀਡਰ ਜਿਹੜੇ ਆਪੋ 'ਚ ਇਕੱਲੇ ਟੈਲੀਫੋਨਾਂ 'ਤੇ ਗੱਲਾਂ ਕਰਦੇ ਨੇ, ਵਿਆਹ ਸ਼ਾਦੀਆਂ 'ਤੇ ਮਿਲ ਕੇ ਕਰਦੇ ਨੇ, ਉਹ ਸਲਾਹਾਂ ਇਹ ਕਰਦੇ ਪਏ ਆ ਕਿ ਜੇ ਅਸੀਂ ਇਕੱਲੇ ਇਕੱਲੇ ਤੁਰੇ ਤਾਂ ਢੀਂਡ ਸਾਹਿਬ ਬਣ ਜਾਵਾਂਗੇ, 2 ਤੁਰੇ ਅਤੇ ਬ੍ਰਹਮਪੁਰਾ ਅਤੇ ਸੇਵਾ ਸੋ ਬਣ ਜਾਵਾਂਗੇ, ਇੱਕ ਦਿਨ ਇਕੱਠੇ ਹੋਈਏ
ਇੱਕੋ ਰਾਤ ਸਾਰੇ ਦੇ ਸਾਰੇ ਕੁਛ ਕਰੀਏ, ਉਹਦੇ ਤੋਂ ਬਚਣ ਵਾਸਤੇ ਹੁਣ ਅਕਾਲੀ ਦਲ ਨੇ ਆਖਿਆ ਅਸੀਂ ਦਿੱਲੀ ਵੀ ਮੁਜ਼ਾਹਰੇ ਕਰਨ ਜਾਣਾ। ਹੁਣ ਅਕਾਲੀ ਦਲ 'ਚ ਇਹ ਵੀ ਆ, ਅਸੀਂ ਭੁੱਲਾਂ ਬਖਸ਼ਾਵਾਂਗੇ, ਭੁੱਲਾਂ ਬਖਸ਼ਾਵਾਂਗੇ, ਨਾਲੇ ਵੀ ਅਰਦਾਸ ਕਰ ਰਿਹਾ ਸੱਚੇ ਪਾਤਸ਼ਾਹ ਹੋਰ ਭੁੱਲਾਂ ਕਰਨ ਦਾ ਬਲ ਬਖਸ਼ੀ। ਪੁੱਠਾ ਕੰਮ ਛੱਡਿਆ ਕਿਹੜਾ ਜਿਹੜਾ ਨਹੀਂ ਕੀਤਾ। ਇਸ ਵੇਲੇ ਹਾਲਾਤ ਨੇ ਮਜਬੂਰ ਕੀਤਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਉਸ ਪਾਸੇ ਨੂੰ ਮੋੜਾ ਕੱਟੇਗੀ। ਬਿਲਕੁਲ ਸਹੀ। ਸੋ ਵੇਲਾ ਫਿਲਹਾਲ ਇੱਕ ਬ੍ਰੇਕ ਦਾ ਜੀ, ਬ੍ਰੇਕ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਅਗਲੀਆਂ ਖਬਰਾਂ ਦੇ ਉੱਪਰ ਝਾਤ ਮਾਰਾਂਗੇ। ਤੁਸੀਂ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਰ ਸਭ ਅਗਲਾ ਸਵਾਲ ਜਿਹੜਾ ਜੀ ਉਹ ਮੈਂ ਮੁਲਕ ਦੀ ਇੱਕ ਅਜੀਬੋ ਗਰੀਬ ਜਿਹੜੀ ਸਿਆਸਤ ਹੈ ਉਹਦੇ ਬਾਰੇ ਪੁੱਛਣਾ ਚਾਹੁੰਦਾ, ਉਹ ਸਿਆਸਤ ਹੈ ਡਰਾਉਣ ਦੀ, ਧਮਕਾਉਣ ਦੀ। ਕੇਂਦਰੀ ਮੰਤਰੀ ਨੇ ਗਿਰੀਰਾਜ ਸਿੰਘ ਜੀ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਵੀ ਉਹੀ ਰਾਮ ਮੰਦਰ ਵਾਲੇ ਮਸਲੇ ਨੂੰ ਕਿ ਵੀ ਮੁਸਲਮਾਨ ਸਾਡੇ ਨਾਲ ਸਹਿਯੋਗ ਕਰਨ, ਨਹੀਂ ਤਾਂ ਜੀ ਹਿੰਦੂ ਭੜਕ ਸਕਦੇ। ਮਤਲਬ ਇਹ ਇਨਡਾਇਰੈਕਟ ਧਮਕੀ ਹੈ ਜਾਂ ਫਿਰ ਕੁਛ ਹੋਰ ਲੱਗਦਾ? ਇਨਡਾਇਰੈਕਟ ਨਹੀਂ, ਉਹਦੀ ਸਿੱਧੀ ਧਮਕੀ ਹੈ, ਡਾਇਰੈਕਟ ਧਮਕੀ। ਮੁੜਕੇ ਨੇ ਬੜਾਵਾਂ ਪਾਇਆ ਕਿ ਹਿੰਦੁਸਤਾਨ ਦੇ ਜਿੰਨੇ ਮੁਸਲਮਾਨ ਨੇ, ਇਹਨਾਂ ਦੇ ਵੱਡੇ ਵਡੇਰੇ ਮੁਗਲਾਂ ਦੇ ਨਾਲ ਬਾਹਰੋਂ ਨਹੀਂ ਸੀ ਆਏ, ਇਹ ਭਾਰਤੀ ਮੁਸਲਮਾਨ ਨੇ ਜੀ, ਅਤੇ ਇਹਨਾਂ ਸਾਰਿਆਂ ਦੀ ਪਿਛਲੀ ਅੰਸ ਜਿਹੜੀ ਆ, ਇਹਨਾਂ ਦਾ ਜੀਨ ਜਾ ਕੇ ਭਗਵਾਨ ਰਾਮ ਦੇ ਨਾਲ ਮਿਲਦਾ, ਇਸ ਕਰਕੇ ਹਿੰਦੂਆਂ ਦੀ ਵੰਸ਼ ਨੇ, ਹਿੰਦੂਆਂ ਦੀ ਵੰਸ਼ ਨੇ। ਜੇ ਜੀਨ ਮੰਨ ਵੀ ਲਈਏ ਕਿ ਉਹਨਾਂ ਦਾ ਜਾ ਕੇ ਭਗਵਾਨ ਰਾਮ ਦੇ ਨਾਲ ਮਿਲਦਾ ਹੋਊਗਾ, ਅਤੇ ਤਾਂ ਵੀ ਹਿੰਦੂਆਂ ਦੀ ਵੰਸ਼ ਕਿੱਦਾਂ ਬਣ ਗਏ? ਭਗਵਾਨ ਰਾਮ ਦੇ ਵੇਲੇ ਤਾਂ ਹਿੰਦੂ ਧਰਮ ਹੀ ਨਹੀਂ ਸੀ ਹੁੰਦਾ ਜੀ, ਭਗਵਾਨ ਕ੍ਰਿਸ਼ਨ ਦੇ ਵੇਲੇ ਵੀ ਹਿੰਦੂ ਧਰਮ ਨਹੀਂ ਸੀ, ਸਨਾਤਨ ਧਰਮ ਹੁੰਦਾ ਸੀ। ਹਿੰਦੂ ਧਰਮ ਤਾਂ ਜਾ ਕੇ 7ਵੀਂ ਸਦੀ 'ਚ ਬਣਿਆ, ਅੱਜ ਤੋਂ 1300 ਸਾਲ ਪਹਿਲਾਂ ਜੀ, ਅਤੇ ਭਗਵਾਨ ਕ੍ਰਿਸ਼ਨ ਤਾਂ ਹੋਏ 3900 ਸਾਲ ਪਹਿਲਾਂ, ਉਦੋਂ ਤਾਂ ਹਿੰਦੂ ਧਰਮ ਹੈਗਾ ਹੀ ਨਹੀਂ ਸੀ, ਹਿੰਦੂ ਲਫਜ਼ ਹੀ ਨਹੀਂ ਸੀ। ਇਹ ਇੱਕ ਨਾ ਫੋਬੀਆ ਹੋਇਆ ਕੁਛ ਲੋਕਾਂ ਨੂੰ, ਉਹਦੇ ਮੁਤਾਬਕ ਬੋਲਦੇ ਆ। ਇਹ ਗਿਰੀਰਾਜ ਸਿੰਘ ਤਾਂ ਪਹਿਲਾਂ ਤੋਂ ਵੀ ਭੜਕਾਊ ਬੋਲੀਆਂ ਬੋਲਦਾ ਰਿਹਾ। ਜਿਹੜਾ ਕੋਈ ਬਿਆਨ ਦੇਵੇ ਕਿ ਬੀਜੇਪੀ ਗਲਤ ਹੈ, ਇਹਦੀ ਸਰਕਾਰ ਠੀਕ ਨਹੀਂ, ਬਿਆਨ ਸਿਆਸੀ ਹੁੰਦਾ, ਉਸ ਵੇਲੇ ਕਹੂਗਾ ਉਸ ਕੋ ਕਹਿ ਦਿਉ ਪਾਕਿਸਤਾਨ ਚਲਾ ਜਾਏ, ਹਿੰਦੁਸਤਾਨ ਮੇਂ ਉਸਕੇ ਲਈ ਜਗ੍ਹਾ ਨਹੀਂ ਹੈ। ਇਹ ਤਾਂ ਬਹੁਤ ਮੂੰਹ ਪਾਟਾ ਬੰਦਾ, ਇਸ ਹੱਦ ਤੱਕ ਕਦੇ ਵੀ ਕੁਛ ਵੀ ਬੋਲ ਜਾਂਦਾ। ਪਰ ਇਹ ਅਸਲ ਵਿੱਚ ਸਾਰੇ ਇਹ ਸਮਝਦੇ ਆ ਕਿ ਗਿਰੀਰਾਜ ਸਿੰਘ ਬੋਲਿਆ, ਗਿਰੀਰਾਜ ਸਿੰਘ ਨਹੀਂ ਬੋਲਦਾ। ਉਹ ਜਿਹੜਾ ਹੁੰਦਾ ਨਾ ਕਿ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਜੀ, ਇਹਦੇ ਵਿੱਚ ਸੰਘ ਪਰਿਵਾਰ ਬੋਲਦਾ, RSS ਬੋਲਦਾ। ਜਦੋਂ ਬਾਬਰੀ ਮਸਜਿਦ ਢਾਉਣ ਗਏ ਸੀ ਉਦੋਂ ਆਖਿਆ ਸੀ ਕਸਮ ਰਾਮ ਕੀ ਖਾਤੇ ਹੈ ਮੰਦਿਰ ਯਹੀਂ ਬਣਾਏਗੇ, ਮਸਜਿਦ ਢਾ ਕੇ ਬਣਾਵਾਂਗੇ ਜੀ। ਜਦੋਂ ਉੱਥੇ ਇਕੱਠ ਕਰ ਲਿਆ ਅਤੇ ਫਿਰ ਨਾਰਾ ਦੇਤਾ ਰਾਮਾ ਕ੍ਰਿਸ਼ਨਾ ਇਹ ਵਿਸ਼ਵਨਾਥ, ਤਿੰਨੋਂ ਲਿਆਂਗੇ ਇੱਕ ਸਾਥ। ਰਾਮਾ ਕ੍ਰਿਸ਼ਨਾ ਵਿਸ਼ਵਨਾਥ ਦਾ ਮਤਲਬ ਕੀ ਹੈ ਕਿ ਰਾਮ ਅਯੁੱਧਿਆ 'ਚ ਇੱਥੇ ਬਾਬਰੀ ਮਸਜਿਦ ਢਾਉਣੀ ਹੈ ਜੀ, ਕ੍ਰਿਸ਼ਨ ਮਥੁਰਾ 'ਚ ਉੱਥੇ ਇੱਕ ਮਸਜਿਦ ਹੈਗੀ ਆ ਜਿਹਨੂੰ ਢਾ ਕੇ ਕ੍ਰਿਸ਼ਨ ਮੰਦਿਰ ਬਣਾਉਣਾ। ਵਿਸ਼ਵਨਾਥ ਯਾਨੀ ਸ਼ਿਵ ਭਗਵਾਨ ਦਾ ਉੱਥੇ ਬਨਾਰਸ ਦੇ ਵਿੱਚ ਆ, ਕਾਸ਼ੀ 'ਚ ਜੀ, ਗਿਆਨਵਾਪੀ ਮਸਜਿਦ ਉਹ ਢਾਉਣੀ ਆ। ਨਾਰਾ ਦੇਤਾ ਰਾਮਾ ਕ੍ਰਿਸ਼ਨਾ ਵਿਸ਼ਵਨਾਥ ਤਿੰਨੋਂ ਲਿਆਂਗੇ ਇੱਕ ਸਾਥ। ਅਤੇ ਜਿਸ ਦਿਨ ਜਾ ਕੇ ਮੁੜ ਕੇ ਬਾਬਰੀ ਮਸਜਿਦ ਢਾਈ, ਉੱਥੇ ਜਾ ਕੇ ਇੱਕ ਨਵਾਂ ਨਾਰਾ ਦੇ ਦਿੱਤਾ, ਉਹ ਕੀ ਸੀ? ਤੀਨ ਨਹੀਂ ਅਬ 30,000 ਨਹੀਂ ਬਚੇਗਾ ਕੋਈ ਮਜ਼ਾਰ, ਯਾਨੀ ਮੁਸਲਮਾਨਾਂ ਦੀ ਕੋਈ ਮਸਜਿਦ, ਕੋਈ ਦਰਗਾਹ, ਕੋਈ ਚੀਜ਼ ਅਸੀਂ ਛੱਡਣੀ ਨਹੀਂ। ਜਦੋਂ ਆਹ ਨਾਰੇ ਦਿੱਤੇ ਗਏ ਸਨ ਉਦੋਂ ਇਹਨਾਂ ਦੇ ਲੀਡਰਾਂ ਨੂੰ, ਵਾਜਪਾਈ ਅਤੇ ਅਡਵਾਨੀ ਨੂੰ ਆਖਿਆ ਗਿਆ ਸੀ ਤੁਸੀਂ ਹੌਲੀ 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 ਜਨੂੰਨ ਭੜਕਾਈ ਜਾ ਰਹੇ ਹੋ, ਇੱਕ ਦਿਨ ਇਹ ਜਨੂੰਨ ਤੁਹਾਨੂੰ ਖਾ ਜਾਏਗਾ ਜੀ। ਵਾਜਪਾਈ ਸਾਹਿਬ ਤਾਂ ਵੇੜੇ ਸਿਰ ਬਜ਼ੁਰਗ ਹੋ ਗਏ, ਸੰਨਿਆਸ ਲੈ ਕੇ ਘਰ ਜਾ ਬੈਠੇ, ਬਾਕੀ ਉਹਨਾਂ ਨੂੰ ਪਤਾ ਨਹੀਂ ਦੁਨੀਆ ਕਿੱਥੇ ਵੱਸਦੀ ਹੈ। ਅਡਵਾਨੀ ਸਾਹਿਬ ਨੂੰ ਮਾਰਗਦਰਸ਼ਕ ਮੰਡਲ 'ਚ ਬਿਠਾ ਦਿੱਤਾ ਜਿੱਥੇ ਉਹ ਰਾਜਨੀਤੀ 'ਚ ਕੋਈ ਦਖਲ ਨਹੀਂ ਦੇ ਸਕਦੇ ਜੀ, ਕਿਸੇ ਕੰਮ 'ਚ ਕੋਈ ਦਖਲ ਨਹੀਂ ਦੇ ਸਕਦੇ। ਪਹਿਲਾਂ ਨਰਿੰਦਰ ਮੋਦੀ ਸਾਹਿਬ ਉਹਦੇ ਦੋਵਾਂ ਪੈਰਾਂ ਨੂੰ ਵਾਰੀ ਵਾਰੀ ਹੱਥ ਲਾ ਕੇ ਮੱਥੇ ਨੂੰ ਲਾਉਂਦੇ ਸਨ, ਹੁਣ ਜੇ ਅਡਵਾਨੀ ਸਾਹਿਬ ਆਉਣ ਵੀ ਸਟੇਜ 'ਤੇ ਅਤੇ ਉਹਨਾਂ ਦੇ ਹੱਥ ਜੁੜੇ ਹੁੰਦੇ ਤਾਂ ਨਰਿੰਦਰ ਮੋਦੀ ਕੋਲ ਦੀ ਲੰਘ ਜਾਂਦੇ, ਬੁਲਾਉਂਦੇ ਤੱਕ ਨਹੀਂ ਜੀ। ਉਹ ਉਸ ਵਕਤ ਤੋਂ ਜਿਹੜੇ ਨਾਰੇ ਦਿੱਤੇ ਗਏ ਸਨ ਹੁਣ ਤੁਰਦੇ ਜਾ ਰਹੇ ਆ, ਤੁਰਦੇ ਜਾ ਰਹੇ। ਹੁਣ ਇਹਨੇ ਗਿਰੀਰਾਜ ਸਿੰਘ ਨੇ ਇਹ ਨਾਰਾ ਦੇ ਦਿੱਤਾ ਨਵਾਂ ਹੀ, ਇਹ ਕਹਿਤਾ, ਕਹਿੰਦਾ ਮੈਂ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਕਹਿੰਦਾ ਕਿ ਰਾਮ ਮੰਦਿਰ ਅਸੀਂ ਬਣਾਉਣਾ, ਤੂੰ ਤਾਂ ਬਣਾਉਣਾ ਹੀ ਬਣਾਉਣਾ ਜੀ, ਬਣਾਉਣਾ ਵੀ ਉੱਥੇ ਆ ਜਿੱਥੇ ਬਾਬਰੀ ਮਸਜਿਦ ਢਾਈ ਆ, ਕੇਸ ਅਦਾਲਤ ਵਿੱਚ ਆ, ਅਦਾਲਤ ਵਿੱਚ ਨਹੀਂ ਅਸੀਂ ਪਾਰਲੀਮੈਂਟ 'ਚ ਫੈਸਲਾ ਕਰ ਲਾਂਗੇ। ਜੇ ਉੱਥੇ ਵੀ ਨਹੀਂ, ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਚਾਹੀਦਾ ਕਿ ਮੰਦਿਰ ਬਣਾਉਣ ਵਾਸਤੇ ਸਾਨੂੰ ਸਹਿਯੋਗ ਦੇਣ, ਅਤੇ ਜੇ ਉਹਨਾਂ ਨੇ ਸਹਿਯੋਗ ਨਾ ਦਿੱਤਾ ਤਾਂ ਦੇਸ਼ ਦੇ 100 ਕਰੋੜ ਤੋਂ ਵੱਧ ਹਿੰਦੂਆਂ ਦੀਆਂ ਭਾਵਨਾਵਾਂ ਭੜਕ ਪੈਣਗੀਆਂ, ਔਰ ਇਹ ਚੇਤਾ ਰੱਖ ਲੈਣ ਕਿ ਜੇ ਹਿੰਦੂਆਂ ਦੀਆਂ ਭਾਵਨਾਵਾਂ ਭੜਕ ਪਈਆਂ ਤਾਂ ਤੁਹਾਡਾ ਬਣੂਗਾ ਕੀ? ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਬੜਾ ਖਤਰਨਾਕ ਆ
ਕਿ ਜਿਹਨਾਂ ਲੋਕਾਂ ਦੀਆਂ ਭਾਵਨਾਵਾਂ ਭੜਕ ਪਈਆਂ ਤਾਂ ਤੁਹਾਡਾ ਬਣੇਗਾ ਕੀ? ਇਹ ਗੱਲਾਂ ਜਿਹੜੀਆਂ ਨੇ ਇਸ ਦੇਸ਼ ਨੂੰ ਵੰਡਣ ਵਾਲੀਆਂ ਨੇ। ਇਸ ਦੇਸ਼ ਨੂੰ ਜਦੋਂ ਆਜ਼ਾਦ ਕਰਾਇਆ ਗਿਆ ਉਦੋਂ ਇੱਥੇ ਉਹ ਲੋਕ ਰਹਿ ਗਏ ਸਨ, ਮੌਲਾਨਾ ਅਬੁਲ ਕਲਾਮ ਆਜ਼ਾਦ ਉਹਨਾਂ ਦਾ ਕੋਈ ਮੁਕਾਬਲਾ ਜੀ? ਉਹ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਲਾਲ ਬਹਾਦਰ ਸ਼ਾਸਤਰੀ, ਡਾਕਟਰ ਰਜਿੰਦਰ ਪ੍ਰਸਾਦ, ਜਗਜੀਵਨ ਰਾਮ ਇਹਨਾਂ ਸਾਰਿਆਂ ਦੇ ਬਰਾਬਰ ਦਾ ਸਾਥੀ ਸੀ, ਡਾਕਟਰ ਬੀ ਆਰ ਅੰਬੇਡਕਰ ਦੇ ਬਰਾਬਰ ਦਾ ਸਾਥੀ ਸੀ ਜੀ ਜਿਹੜਾ ਇੱਥੇ ਰਿਹਾ ਸੀ। ਉਦੋਂ ਤੋਂ ਲੈ ਕੇ ਇੱਥੇ ਮੁਸਲਮਾਨ ਬਹੁਤ ਨੈਸ਼ਨਲਿਸਟ ਨੇ ਜਿਨ੍ਹਾਂ ਦੇਸ਼ ਖਾਤਰ ਕੁਰਬਾਨੀਆਂ ਕੀਤੀਆਂ ਕਰ ਰਹੇ ਨੇ। ਜੇ ਇੱਕ ਕੇਂਦਰੀ ਮੰਤਰੀ ਇਸ ਤਰ੍ਹਾਂ ਦੀ ਧਮਕੀਆਂ ਦੀ, ਇਸ ਤਰ੍ਹਾਂ ਦੀ ਡਰਾਵਿਆਂ ਦੀ ਭਾਸ਼ਾ ਵਰਤੇਗਾ, ਐਕਸ਼ਨ ਅਤੇ ਰਿਐਕਸ਼ਨ ਹੁੰਦੇ ਹੁੰਦੇ ਆ, ਇਹਦੇ ਨਾਲ ਸਮਾਜ ਵਿੱਚ ਤਣਾਅ ਫੈਲੇਗਾ। ਉਹ ਤਣਾਅ ਫੈਲਣ ਤੋਂ ਰੋਕਣਾ ਚਾਹੀਦਾ, ਘੱਟੋ ਘੱਟ ਉੱਦਾਂ ਨਹੀਂ, ਅਤੇ ਆਪਣੀ ਕੁਰਸੀ ਦੀ ਸ਼ਰਮ ਕਰ ਲੈਣੀ ਚਾਹੀਦੀ ਹੈ ਜਿੱਤ 'ਤੇ ਬੈਠਦੇ ਹੋ, ਉਹ ਸੰਵਿਧਾਨ ਦੀ ਸਹੁੰ ਦੀ ਸ਼ਰਮ ਕਰ ਲੈਣੀ ਚਾਹੀਦੀ ਹੈ ਜਿਹੜੀ ਚੁੱਕੀ ਸੀ। ਪਤਾ ਨਹੀਂ ਕਿਉਂ ਕੁਛ ਲੋਕ ਇਹਦਾ ਖਿਆਲ ਨਹੀਂ ਕਰ ਰਹੇ। ਬਿਲਕੁਲ ਸਹੀ। ਵੈਸੇ ਤਣਾਅ ਦੀ ਗੱਲ ਕੀਤੀ ਤੁਸੀਂ ਬਨੂ ਸਾਹਿਬ, ਅਤੇ ਜੋ ਪਾਕਿਸਤਾਨ ਵਾਲੇ ਪਾਸੇ ਕਾਫੀ ਦੇਰ ਤੋਂ ਇੱਦਾਂ ਲੱਗਦਾ ਸੀ ਸ਼ਾਇਦ ਇਮਰਾਨ ਖਾਨ ਹੋਰੀ ਬੈਠੇ ਨੇ ਜੀ ਕੁਰਸੀ 'ਤੇ, ਕੁਛ ਨਾ ਕੁਛ ਚੰਗੇ ਬੁੱਲੇ ਭਾਲਦੇ ਨੇ, ਪਰ ਹੁਣ ਤਾਂ ਬੜਾ ਖਤਰਨਾਕ ਜਿਹਾ ਬਿਆਨ ਦਿੱਤਾ ਉਹਨਾਂ ਨੇ। ਉਹ ਕਹਿੰਦੇ ਕਿ ਭਾਰਤ ਨੇ ਕਤਲੇਆਮ ਬੜਾ ਸ਼ੁਰੂ ਕਰ ਦਿੱਤਾ ਜੀ, ਅਤੇ ਇਹ ਤਾਂ ਜੋ ਵੀ ਕਾਰਵਾਈਆਂ ਨੇ ਇਹਨਾਂ ਦਾ ਹੁਣ ਅਸੀਂ ਜਵਾਬ ਦੇਣ ਦੀਆਂ ਗੱਲਾਂ ਵੀ ਕਰ ਰਹੇ ਨੇ। ਉਹ ਇਸ ਪਾਸੇ ਨੂੰ ਕਿਵੇਂ ਮੋੜਾ ਕੱਟ ਕੇ ਟੀਕਾ ਕੋਈ ਹੋਰ ਲੱਗ ਗਿਆ? ਜਦੋਂ ਘਰ ਦੇ ਵਿੱਚ ਨਿਆਣੇ ਭੁੱਖੇ ਬੈਠੇ ਹੋਣ, ਪੰਜਾਬੀ ਦਾ ਮੁਹਾਵਰਾ ਘਰ ਖਾਣ ਨੂੰ ਨਹੀਂ ਮਾਂ ਪੀਣ ਗਈ ਹੋਵੇ ਜੀ, ਉਹ ਰੋਟੀ ਮੰਗਦੇ ਹੋਣ, ਉਦੋਂ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਜਾਂ ਧਰਮ ਦੇ ਮੁੱਦੇ 'ਤੇ ਲਾਇਆ ਜਾ ਸਕਦਾ ਜਾਂ ਦੇਸ਼ ਦੇ ਮੁੱਦੇ 'ਤੇ ਲਾਇਆ ਜਾ ਸਕਦਾ ਜੀ। ਪਾਕਿਸਤਾਨ ਦੀਆਂ ਸਰਕਾਰਾਂ ਨੇ ਪਿਛਲੇ ਸਮੇਂ 'ਚ ਇਹੋ ਕੁਝ ਕੀਤਾ। ਜਦੋਂ ਲੋਕ ਰੋਟੀ ਮੰਗਦੇ ਸੀ ਤਾਂ ਪਾਕਿਸਤਾਨ ਦੇ ਹੁਕਮਰਾਨ ਇਹ ਕਹਿੰਦੇ ਸੀ ਰੋਟੀ ਨੂੰ ਛੱਡੋ, ਮੁਲਕ ਬਚਾਉਣ ਦੀ ਚਿੰਤਾ ਕਰੋ, ਭਾਰਤ ਨੇ ਤਾਂ ਸਾਡਾ ਪਾਕਿਸਤਾਨ ਖਾ ਜਾਣਾ। ਜ਼ੁਲਫਕਾਰ ਅਲੀ ਭੁੱਟੋ ਇਹ ਕਹਿੰਦਾ ਰਿਹਾ, ਜਿਹਨੇ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਂਸੀ ਲਾਇਆ ਉਹ ਜਨਰਲ ਜ਼ਿਆ ਉਲ ਹੱਕ ਕੇ ਕਹਿੰਦਾ ਰਿਹਾ। ਜ਼ਿਆ ਉਲ ਹੱਕ ਸਵਾਈ ਹਾਦਸੇ 'ਚ ਮਰ ਗਿਆ ਅਤੇ ਬੇਨਜ਼ੀਰ ਭੁੱਟੋ ਵੀ ਕਹਿੰਦੀ ਰਹੀ, ਨਵਾਜ਼ ਸ਼ਰੀਫ ਵੀ ਕਹਿੰਦਾ ਰਿਹਾ, ਆਸਫ ਅਲੀ ਜ਼ਰਦਾਰੀ ਵੀ ਅਤੇ ਜਨਰਲ ਮੁਸ਼ਰਫ ਵੀ ਕਹਿੰਦਾ ਰਿਹਾ। ਜਿਹੜੀ ਇਹ ਹੁਣ ਤੱਕ ਦੀ ਰੀਤ ਚੱਲੀ ਆਈ ਹੈ, ਇਮਰਾਨ ਖਾਨ ਉੱਥੋਂ ਪਾਸੇ ਕਿੱਦਾਂ ਚੱਲ ਜਾਏਗਾ? ਸਾਰਿਆਂ ਨੂੰ ਪਤਾ ਕਿ ਇਹਦੀ ਸਿਆਸੀ ਪਾਰਟੀ ਫੌਜ ਨੇ ਖੜੀ ਕੀਤੀ ਹੈ ਜੀ, ਸਾਰਿਆਂ ਨੂੰ ਪਤਾ ਕਿ ਉੱਥੋਂ ਦੀ ਫੌਜ ਦਾ ਨੁਮਾਇੰਦਾ। ਹੁਣ ਸਮੱਸਿਆ ਇਹ ਹੈ ਕਿ ਸਰਕਾਰ ਚਲਾਉਣੀ ਹੈ ਅਤੇ ਪੈਸਾ ਪੱਲੇ ਕੋਈ ਨਹੀਂ। ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਜਿਹੜੀ ਆ ਉਹ ਸਾਰੀ ਦੁਨੀਆ ਦੇ ਵੱਡੇ ਫਾਈਨੈਂਸ਼ੀਅਲ ਅਦਾਰਿਆਂ ਨੂੰ ਗਾਈਡ ਕਰਦੀ ਹੈ। ਉਹਨਾਂ ਨੇ ਆ ਮਈ ਜੂਨ ਦੇ ਵਿੱਚ ਆਪਣੀ ਮੀਟਿੰਗ 'ਚ ਫੈਸਲਾ ਕਰ ਲਿਆ ਕਿ ਪਾਕਿਸਤਾਨ ਦੇ ਟੋਟਲ ਫੰਡ ਬੰਦ ਕਰ ਦਿਓ। ਅਸੀਂ ਚਾਹੁੰਦੇ ਲੋਕ ਭੁੱਖਮਰੀ 'ਚੋਂ ਨਿਕਲਣ, ਉੱਥੇ ਕੋਈ ਵਿਕਾਸ ਹੋਵੇ ਜੀ। ਇਹ ਪੈਸਾ ਜਾਂਦਾ ਕੁਝ ਲੀਡਰ ਅਤੇ ਫੌਜੀ ਅਫਸਰ ਆਪੋ 'ਚ ਵੰਡ ਲੈਂਦੇ, ਕੁਝ ਅੱਤਵਾਦੀਆਂ ਨੂੰ ਦੇ ਦਿੰਦੇ ਆ, ਇੱਥੇ ਅੱਤਵਾਦ ਪ੍ਰਮੋਟ ਕਰਦੇ ਜੀ। ਇੱਥੇ ਪਾਰਲੀਮੈਂਟ ਚੋਣਾਂ ਹੁੰਦੀਆਂ ਸੀ, ਪਾਰਲੀਮੈਂਟ ਚੋਣਾਂ 'ਚ ਪਾਕਿਸਤਾਨ 'ਚ ਸਿਆਸੀ ਸਰਕਾਰ ਨਹੀਂ ਹੁੰਦੀ, ਉਹ ਤੋੜ ਕੇ ਉਹਦੀ ਥਾਂ ਦੇ ਉੱਤੇ ਸਾਂਝੀ ਸਰਕਾਰ, ਸਿਵਲੀਅਨ ਸਰਕਾਰ ਬਣਾ ਦਿੱਤੀ ਜਾਂਦੀ ਹੈ ਜਿਹਦੀ ਕੋਈ ਪਾਰਟੀ ਨਹੀਂ ਹੁੰਦੀ, ਉਹ ਚੋਣ ਨਹੀਂ ਲੜਦੀ ਜੀ, ਪਰ ਉਹ 2 ਮਹੀਨੇ ਰਹਿੰਦੀ, ਉਹਦੇ ਬਾਅਦ ਪਾਸੇ ਹੋ ਜਾਂਦੀ। ਉਹਦਾ ਖਜ਼ਾਨਾ ਮੰਤਰੀ ਭੱਜਿਆ ਗਿਆ ਜੀ, ਮੇਰਾ ਕੀ ਕਸੂਰ ਆ, ਮੈਂ ਤਾਂ 2 ਮਹੀਨਿਆਂ ਵਾਸਤੇ ਆਇਆ, ਜਾਂ ਤੁਸੀਂ ਪਹਿਲੀ ਸਰਕਾਰ ਦੇ ਵੇਲੇ ਇੱਦਾਂ ਕਰ ਲੈਂਦੇ, ਜਾਂ ਹੁਣ ਤੁਸੀਂ ਦੂਸਰਿਆਂ ਨੂੰ ਡਿਗਰੋ, ਜਿਹੜੀ ਨਵੀਂ ਸਰਕਾਰ ਹੋਊਗੀ ਉਹ ਖਲੋਗੇ। ਪਰ ਉਹਨੇ ਆਪਣੀ ਟੀਮ ਭੇਜਤੀ ਕਿ ਪਾਕਿਸਤਾਨ ਜਾ ਕੇ ਵੇਖ ਕੇ ਆਓ। ਉਸ ਟੀਮ ਨੇ ਇਸ ਐਤਵਾਰ ਜਾ ਕੇ ਰਿਪੋਰਟ ਦੇ ਦਿੱਤੀ ਹੈ ਕਿ ਪਾਕਿਸਤਾਨ ਦੀ ਸਰਕਾਰ ਸਾਨੂੰ ਗਿਣਤੀਆਂ ਮਿਣਤੀਆਂ ਬਹੁਤ ਦਿੰਦੀ ਹੈ ਕਿ ਪੈਸਾ ਤੁਸੀਂ ਭੇਜਿਆ, ਅਸੀਂ ਅੱਤਵਾਦ ਦੇ ਖਿਲਾਫ਼ ਲੜਾਈ 'ਤੇ ਖਰਚ ਕੀਤਾ। ਉਹ ਕਹਿੰਦੇ ਜਦੋਂ ਅਸੀਂ ਜਾ ਕੇ ਇਹ ਵੇਖਦੇ ਹਾਂ ਕਿ ਕਿੱਥੇ ਖਰਚ ਕੀਤਾ, ਉਹ ਨਹੀਂ ਲੱਭਦਾ ਕਿਤੇ। ਪੈਸਾ ਕੁਝ ਲੀਡਰਾਂ ਵੰਡਿਆ, ਕੁਝ ਫੌਜੀ ਦੇ ਅਫਸਰਾਂ ਵੰਡਿਆ, ਬਾਕੀ ਪੈਸਾ ਜਿਹੜਾ ਉਹ ਅੱਤਵਾਦੀਆਂ ਨੂੰ ਇਸ ਕਰਕੇ ਦਿੱਤਾ ਕਿ ਜੇ ਅੱਤਵਾਦੀ ਜਿਉਂਦੇ ਆ ਤਾਂ ਇਹਨਾਂ ਦੇ ਖਿਲਾਫ਼ ਲੜਨ ਵਾਸਤੇ ਸਾਨੂੰ ਅਮਰੀਕਾ ਬਰਤਾਨੀਆ ਵਾਲੇ ਪੈਸੇ ਦੇਣਗੇ, ਜੇ ਅੱਤਵਾਦੀ ਮਰ ਗਏ, ਅੱਤਵਾਦ ਖਤਮ ਹੋ ਗਿਆ ਤਾਂ ਸਾਨੂੰ ਪੈਸੇ ਕਿੱਥੋਂ ਮਿਲਣੇ? ਇਹ ਤਾਂ ਸਾਡਾ ਪੈਸਾ ਲੈ ਕੇ ਸਾਡੇ ਖਿਲਾਫ਼ ਅੱਤਵਾਦ ਇਸ ਕਰਕੇ ਖੜਾ ਕਰਦੇ ਕਿ ਅਸੀਂ ਇਹਨਾਂ ਨੂੰ ਪੈਸੇ ਦੇਈਏ। ਹੁਣ ਉਹਨਾਂ ਪੈਸੇ ਦੇਣ ਤੋਂ ਨਾ ਕਰਤੀ ਜੀ, ਇੰਟਰਨੈਸ਼ਨਲ ਮੋਨੀਟਰੀ ਫੰਡ ਪੈਸੇ ਨਹੀਂ ਦੇ ਰਿਹਾ, ਵਰਲਡ ਬੈਂਕ ਪੈਸੇ ਨਹੀਂ ਦੇ ਰਿਹਾ, ਅਮਰੀਕਾ ਵਾਲਿਆਂ ਨੇ ਪੈਸੇ ਰੋਕ ਲਏ ਨੇ, ਬਾਕੀ ਥਾਵਾਂ ਤੋਂ ਰੁਕ ਗਏ ਨੇ। ਇਹ ਚੀਨ ਵਾਲਿਆਂ ਕੋਲ ਗਿਆ, ਆਪਣਾ ਖਜ਼ਾਨਾ ਮੰਤਰੀ ਇਹਨੇ ਭੇਜਿਆ ਸੀ ਜੀ, ਉਹਨਾਂ ਨੇ ਅੱਗੋਂ ਆਖਿਆ ਜੀ ਮਦਦ ਕਰਨ ਨੂੰ ਤਿਆਰ ਹਾਂ, ਪਹਿਲੀ ਗੱਲ ਜਿੰਨਾ ਪੈਸਾ ਅਸੀਂ ਭੇਜਾਂਗੇ ਸਾਡੇ ਆਪਣੇ ਅਫਸਰ ਉੱਤੇ ਖਰਚ ਕਰਨਗੇ, ਤੁਹਾਨੂੰ ਪੈਸੇ ਨਹੀਂ ਦੇਣੇ ਜੀ। ਦੂਜਾ, ਸਾਰੀ ਦੁਨੀਆ 'ਚ ਸਰਕਾਰਾਂ ਆਪਸੀ ਕਾਰਵਿਹਾਰ ਹਾਰਡ ਕਰੰਸੀ 'ਚ ਕਰਦੀਆਂ, ਅਮੈਰੀਕਨ ਡਾਲਰ 'ਚ ਕਰਦੀਆਂ ਨੇ, ਇਹਨਾਂ ਕੋਲ ਡਾਲਰ ਆਉਂਦੇ ਸੀ, ਬਾਕੀ ਦੁਨੀਆ 'ਚ ਵੇਚ ਕੇ ਉਹਨਾਂ ਡਾਲਰਾਂ ਦਾ ਪਾਕਿਸਤਾਨੀ ਰੁਪਈਆ ਬਣਾ ਲੈਂਦੇ ਸੀ। ਉਹਨਾਂ ਆਖਿਆ ਸੀ ਤੁਹਾਨੂੰ ਚੀਨ ਦਾ ਯੇਨ ਦਿਆਂਗੇ, ਜਿਹੜਾ ਸਾਡਾ ਚੀਨ ਦਾ ਸਿੱਕਾ ਜੀ, ਜਿਹੜਾ ਤੁਸੀਂ ਉੱਥੇ ਜਾ ਕੇ ਮੁੜਕੇ ਨੂੰ ਤੁਸੀਂ ਬਦਲ ਨਾ ਸਕੋ, ਸਾਡੀ ਚੀਨੀ ਕਰੰਸੀ ਹੋਵੇਗੀ ਜਿਹੜੀ ਚੀਨ ਅਤੇ ਪਾਕਿਸਤਾਨ ਦੋਵਾਂ 'ਚ ਚੱਲ ਪੈਂਦੀ ਹੈ, ਤੁਹਾਨੂੰ ਬਾਕੀ ਅਸੀਂ ਪੈਸਾ ਹੀ ਕੋਈ ਨਹੀਂ ਦੇਣਾ। ਫਿਰ ਇਹ ਸਾਊਦੀ ਅਰਬ ਵੱਲ ਭੱਜੇ, ਸਾਊਦੀ ਅਰਬ ਦੇ ਬਾਦਸ਼ਾਹ ਨੇ ਆਖਿਆ ਅਸੀਂ ਤੁਹਾਡੇ ਖੁੱਲ੍ਹ ਕੇ ਮਦਦ ਕਰਾਂਗੇ, ਪਰ ਉਹਨੇ ਚਿਰ ਨੂੰ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦਾ ਮਾਮਲਾ ਨਿਕਲਾਇਆ ਜੀ।
ਹੁਣ ਸਾਊਦੀ ਅਰਬ ਦਾ ਬਾਦਸ਼ਾਹ ਆਪਣੇ ਪੁੱਤ ਨੂੰ ਬਚਾਉਂਦਾ ਪਿਆ ਕਿਉਂਕਿ ਉਹਦੇ ਕਰਾਊਨ ਪ੍ਰਿੰਸ ਦਾ ਨਾਂ ਉਸ ਕਤਲ 'ਚ ਆਉਂਦਾ। ਜਰਮਨੀ ਨੇ ਕਹਿ ਤਾ ਕਿ ਅਸੀਂ ਤੇਰੇ ਸਮਾਗਮ 'ਤੇ ਨਹੀਂ ਆਉਣਾ, ਫਰਾਂਸ ਨੇ ਕਹਿ ਤਾ, ਕੈਨੇਡਾ ਨੇ ਕਹਿ ਤਾ, ਬਰਤਾਨੀਆ ਨੇ ਕਹਿ ਤਾ, ਇੰਟਰਨੈਸ਼ਨਲ ਮਿਲਟਰੀ ਫੰਡ ਨੇ ਕਹਿ ਤਾ। ਹਥਿਆਰਾਂ ਦਾ ਸੌਦਾ ਹੋਇਆ ਸੀ ਜਰਮਨੀ ਨਾਲ, ਜਰਮਨੀ ਦੇ ਉੱਥੇ ਪ੍ਰੈਜੀਡੈਂਟ ਨਹੀਂ ਹੁੰਦਾ, ਚਾਂਸਲਰ ਹੁੰਦੀ ਹੈ ਜੀ। ਚਾਂਸਲਰ ਐਂਜਲਾ ਮਾਰਕਲ ਨੇ ਕਹਿ ਤਾ ਅਸੀਂ ਤੁਹਾਨੂੰ ਕੋਈ ਹਥਿਆਰ ਨਹੀਂ ਦੇਣੇ। ਸਾਊਦੀ ਅਰਬ ਦਾ ਬਾਦਸ਼ਾਹ ਤੇ ਆਪ ਫਸਿਆ ਪਿਆ, ਉਹਦੀ ਕੀ ਮਦਦ ਕਰ ਦਿਉ। ਹੁਣ ਜਦੋਂ ਕਿਸੇ ਪਾਸੇ ਕੋਈ ਰਾਹ ਨਹੀਂ ਰਹਿ ਗਿਆ, ਇਹ ਫੌਜ ਕੋਲ ਗਿਆ ਅਤੇ ਫੌਜ ਨੇ ਆਖਿਆ ਲੋਕਾਂ ਦਾ ਧਿਆਨ ਹਟਾਉਣ ਦਾ ਇੱਕੋ ਹੀ ਤਰੀਕਾ, ਉਹ ਅਸਮਾਨ 'ਚ ਕਾਕਾ ਚਿੜੀ ਆਉਂਦੀ ਹੈ, ਹੁਣ ਇੱਥੇ ਕਹਿ ਦਿਓ ਖਤਰਾ ਬਹੁਤ ਗੰਭੀਰ ਆ, ਭਾਰਤ ਨਾਲ ਅਸੀਂ ਨਜਿੱਠਾਂਗੇ, ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਆਪਣੇ ਦੇਸ਼ ਦਾ ਭੁੱਖ ਮਰੇ ਲੋਕਾਂ ਦਾ ਧਿਆਨ ਹਿੰਦੁਸਤਾਨ ਵਾਲੇ ਪਾਸੇ ਇਸ ਕਰਕੇ ਪਾਇਆ ਜਾ ਰਿਹਾ ਕਿਉਂਕਿ ਭੁੱਖ ਦੇ ਦੁੱਖ ਦਾ ਇਲਾਜ ਇਹਦੇ ਕੋਲ ਕੋਈ ਨਹੀਂ, ਰੋਟੀ ਵਾਸਤੇ ਪੈਸਾ ਨਹੀਂ, ਇਸ ਕਰਕੇ ਉਹਨਾਂ ਨੂੰ ਆਖਿਆ ਜਾ ਰਿਹਾ ਰੋਟੀ ਰਾਟੀ ਨੂੰ ਛੱਡੋ, ਭੁੱਖੇ ਵੀ ਲੜਨਾ ਪਵੇ ਅਤੇ ਲੜਾਂਗੇ, ਲੜਾਂਗੇ ਭਾਰਤ ਨਾਲ। ਉਹਨਾਂ ਦੇ ਭੁੱਖੜੇ ਦਾ ਧਿਆਨ ਦੂਸਰੇ ਪਾਸੇ ਪਾਉਣ ਵਾਸਤੇ ਇਮਰਾਨ ਖਾਨ ਇੱਕ ਨਵੀਂ ਖੇਡ ਖੇਡਦਾ ਪਿਆ ਜਿਹੜੀ ਬੜੀ ਗੰਦੀ ਖੇਡ ਹੈ। ਬਿਲਕੁਲ ਸਹੀ ਪਹੁੰਚ ਸਰ, ਤੁਸੀਂ ਸਮਾਂ ਕੱਢਿਆ, ਗੱਲਾਂ ਸਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ, ਤੁਸੀਂ ਆਪਣੇ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਦਿਓ ਗੁਰਪ੍ਰੀਤ ਸੰਧਾ ਵਾਲੀ ਨੂੰ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਯੂਕੇ ਸਮੇਤ ਪੂਰੇ ਯੂਰਪ ਚ ਵਸਦੇ ਪੰਜਾਬੀ ਗ੍ਰੇਟ ਏਸ਼ੀਆ ਟੀਵੀ ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ, ਜਿਵੇਂ ਪ੍ਰਾਈਮ ਡਿਸਕਸ਼ਨ, ਖਬਰ ਦੀ ਖਬਰ, ਜੱਜ ਦਾ ਵਿਚਾਰ, ਪ੍ਰਾਈਮ ਫੋਕਸ, ਪ੍ਰਾਈਮ ਵੂਮੈਨ, ਪ੍ਰਾਈਮ ਟਾਈਮ, ਪ੍ਰਾਈਮ ਜ਼ਿੰਦਗੀ, ਪ੍ਰਾਈਮ ਚਰਚਾ, ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼। ਸੋ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਪ੍ਰੀਵਿਊ ਚੈਨਲ ਨੰਬਰ 264 ਤੇ ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।